बस लैन दे ओदा घर छड़ दे खड़ा ओदा बहुत वधिया रिश्ता मिलिया किते हत्थों निकल जाए साडे ना ना रिश्ता क्यों हत्थों कढ़ना जाओ ते शगन पाओ ते ना मैं अज तो बाद थोड़े मुंडे नूं मिलां ना कोई फोन ना मैसेज करा ते ओनूं वी इह गल कह दिओ कि मेरी लाइफ तो दूर रहे नाल मेरी ते मेरे मां प्यो दी वी कोई रिस्पैक्ट आ असीं ऐ नहीं तुरे फिरदे ते कुड़ी धाकड़े बहुत है तेरे भाई ने पता नहीं की देख लिया इहदे च पसंद करी फिरदा तेनूं मैनू लगदा मेरी इंसल्ट करन च कोई कसर छड्डी नहीं हैगी तुसीं ओह वी मेरे घरे आके मैं तां वी तुहानूं कुछ नहीं किया हजे तुहानूं मेरे चाकड़ लगदी आ देख भाई असीं तेरी बेइज्जती करन नहीं सी आए असीं तेनूं देखण ही आए सीगे ना तो सानू तेरी पुलिस दी नौकरी पसंद आ ते ना थोड़ा घर बार ना तू आ सामने गेट आ ते डंडी लगो बदतमीज लोग अपने रिश्तेदारां टिचरां करिया करनियां सी वी थोनू कोई जट्टां दी कुड़ी नहीं मिली सी होर पुत जद ओहदे जात दा ही नहीं सी पता मुंडे नूं एवें लग्गिया फिरदा सी ओहदे मगर चलाक मार के ना चार मिठिया जी गल्लां मगर ला लैंदियां ने चलो जो होया चंगा ही होया तुहाडे मुंडे दा खड़ा सुट्टिया तूं चलो ये सोचो वीर भाजी नूं कहना की आ ਆਪਾਂ ਦੱਸ ਦਾਂਗੇ ਉਹਨੂੰ ਨਾ ਤਾਂ ਕੁੜੀ ਨੂੰ ਬੋਲਣ ਦੀ ਅਕਲ ਆ ਗਈ ਨਾ ਆਪਣੇ ਨਾਲ ਜਾਤ ਮਿਲਦੀ ਆ ਨਾ ਹੀ ਉਹ ਸਾਡੇ ਪਸੰਦ ਆਈ ਆ ਬੋਲ ਕੇ ਤਾਂ ਆਪਾਂ ਵੀ ਉਹਨੂੰ ਗੱਲ ਤੇ ਆਏ ਆ ਕਿਤੇ ਹੋਰ ਭਾਜੀ ਨੂੰ ਫੋਨ ਕਰਕੇ ਨਾ ਦੱਸ ਦੇ ਵੀ ਆਪਾਂ ਉਹਨੂੰ ਐਵੇਂ ਬੋਲ ਕੇ ਆਏ ਆਪੇ ਤਾਂ ਉਹ ਕਹਿੰਦੀ ਸੀ ਵੀ ਅੱਜ ਤੋਂ ਬਾਅਦ ਮੈਂ ਤੁਹਾਡੇ ਮੁੰਡੇ ਨੂੰ ਕਾਲ ਮੈਸੇਜ ਨਹੀਂ ਕਰਦੀ ਨਾਲੇ ਜਿਹੜਾ ਵਰਤਾਵ ਆਪਾਂ ਉਹਦੇ ਨਾਲ ਕਰਕੇ ਆਏ ਆ ਕਾਲ ਕਰਨਾ ਤਾਂ ਦੂਰ ਦੀ ਗੱਲ ਆ ਜੇ ਆਪਣਾ ਮੁੰਡਾ ਉਹਨੂੰ ਕਾਲ ਕਰੂਗਾ ਵੀ ਨਾ ਉਹਨੇ ਤਾਂ ਵੀ ਨਹੀਂ ਚੱਕਣੀ ਚਲ ਬੇਬੇ ਅਸੀਂ ਚੱਲਦੇ ਆ ਤੂੰ ਸਮਝਾ ਦੇ ਉਹਨੂੰ ਫਿਰ ਓਹ ਤੁਸੀਂ ਐਂ ਕਰੋ ਤੁਸੀਂ ਜਾ ਕੇ ਕੰਮ ਧੰਦਾ ਕਰ ਲਓ ਨਾਲੇ ਮੰਮੀ ਦੀ ਗੱਲ ਨਹੀਂ ਉਹਨੇ ਮੰਨਣੀ ਇਹਦੇ ਤੋਂ ਨਹੀਂ ਉਹ ਸਮਝਾਇਆ ਜਾਣਾ ਮੈਂ ਉਹਨੂੰ ਸਮਝਾ ਕੇ ਆਉਂਗੀ ਸਮਾਰ ਕੇ ਚਾਰ ਵਾਲੀ ਵਾਸਤੇ ਮੈਂ ਆਪੇ ਆ ਜਾਊਂਗੀ ਚਲ ਠੀਕ ਆ ਫਿਰ ਮੈਂ ਚੱਲਦਾ ਮੰਮੀ ਮੇਰੀ ਗੱਲ ਸੁਣ ਤੂੰ ਕੁਛ ਨਾ ਬੋਲੀ ਹਰਭਜਨ ਨੂੰ ਮੈਂ ਆਪੇ ਸਮਝਾ ਦੂੰਗੀ ਚੰਗਾ ਪੁੱਤ ਨਾਲੇ ਉਹਨਾਂ ਨਾਲ ਤਾਂ ਗੱਲ ਕਰ ਲੈ ਜਿਹੜੀ ਤੁਸੀਂ ਕੁੜੀ ਦਿਖਾਉਣ ਨੂੰ ਕਹਿੰਦੇ ਸੀ ਮੰਮੀ ਉਹਨਾਂ ਨਾਲ ਤਾਂ ਗੱਲ ਫੇਰ ਕਰ ਲਾਂਗੇ ਪਹਿਲਾਂ ਆਪਣੇ ਮੁੰਡੇ ਨੂੰ ਤਾਂ ਸਮਝਾ ਲਈਏ ਐਂ ਕਰ ਪੁੱਤ ਹਰਭਜਨ ਨੂੰ ਫੋਨ ਲਾ ਕੇ ਦੇਖ ਕਿੱਥੇ ਹੈਗਾ ਚੱਲ ਦੇਖਦੀ ਆ ਮੈਂ ਫੋਨ ਲਾ ਕੇ ਕੀ ਗੱਲ ਹੋ ਗਈ ਚੱਕ ਨਹੀਂ ਰਿਹਾ ਮੰਮੀ ਮੈਨੂੰ ਲੱਗਦਾ ਕਿਤੇ ਬੀਜੀ ਹੋਣਾ ਪੁੱਤ ਤੂੰ ਫੋਨ ਹੀ ਨਹੀਂ ਚੱਕ ਰਿਹਾ ਸੀ ਮੈਨੂੰ ਤਾਂ ਕਿੰਨੀ ਫਿਕਰ ਹੋ ਰਹੀ ਸੀ ਮੈਂ ਘਰ ਦੇ ਕੋਲ ਹੀ ਆ ਗਿਆ ਸੀ ਤਾਂ ਨਹੀਂ ਚੱਕਿਆ ਨਾਲੇ ਅੱਜ ਇੰਨਾ ਫਿਕਰ ਕਿਉਂ ਹੋ ਰਿਹਾ ਅੱਗੇ ਕਿਹੜਾ ਤੁਹਾਡਾ ਫੋਨ ਮੈਂ ਪਹਿਲੀ ਵਾਰੀ ਚੱਕਦਾ ਪੁੱਤ ਹੁਣ ਕਿੱਥੋਂ ਆਇਆ ਤੂੰ ਮੈਂ ਤਾਂ ਕਿਸੇ ਯਾਰ ਦੋਸਤ ਦੀ ਜ਼ਮੀਨ ਦੀ ਮਿੰਨਤੀ ਕਰਨ ਗਿਆ ਸੀ ਨਾਲੇ ਮੈਨੂੰ ਤਾਂ ਤੂੰ ਸਵਾਲ ਤੇ ਸਵਾਲ ਕਰੀ ਜਾਂਦੀ ਆ ਪਹਿਲਾਂ ਤੂੰ ਦੱਸ ਤੁਸੀਂ ਮੈਕ ਦੇ ਘਰੇ ਗਏ ਸੀ ਕਿਵੇਂ ਲੱਗੀ ਫਿਰ ਮੈਕ ਤੇਰੀ ਭੈਣ ਨੂੰ ਪੁੱਛ ਲੈ ਉਹ ਆਪੇ ਦੱਸ ਦੋਗੀ ਸਾਰਾ ਕੁਝ ਉਹ ਬੇਬੇ ਤੂੰ ਵੀ ਤਾਂ ਨਾਲ ਗਈ ਹੋ ਸੀ ਤੈਨੂੰ ਵੀ ਪਤਾ ਹੀ ਹੋਣਾ ਤੂੰ ਅੰਦਰ ਚੱਲ ਕੇ ਚਾਹ ਪਾਣੀ ਤਾਂ ਪੀ ਲੈ ਐਡੀ ਵੀ ਕੀ ਕਾਲੀ ਆ ਰੀਤ ਤੈਨੂੰ ਸਭ ਕੁਝ ਦੱਸ ਦੋਗੀ ਇਹਦਾ ਮਤਲਬ ਤੁਹਾਡੇ ਮਹਿਕ ਪਸੰਦ ਆਈ ਹੋਣੀ ਨਾਲੇ ਜੇ ਮਹਿਕ ਤੁਹਾਡੇ ਪਸੰਦ ਆਈ ਹੁੰਦੀ ਤਾਂ ਮਹਿਕ ਦੀ ਮੈਨੂੰ ਕਾਲ ਆਏ ਜਾਣੀ ਸੀ ਤੇ ਕਾਲ ਮੈਨੂੰ ਤੁਹਾਡੀ ਵੀ ਆ ਜਾਣੀ ਸੀ ਜਦੋਂ ਤੁਸੀਂ ਉੱਥੋਂ ਕੁੜੀ ਨੂੰ ਦੇਖ ਕੇ ਬਾਹਰ ਨਿਕਲੇ ਸੀ ਪਰ ਤੁਸੀਂ ਤਾਂ ਨਾ ਕੋਈ ਕਾਲ ਨਾ ਮੈਸੇਜ ਕੁਛ ਵੀ ਨਹੀਂ ਕੀਤਾ ਤੇ ਚੱਕ ਫੋਨ ਮੇਰਾ ਉਹ ਵੀ ਨਹੀਂ ਰਹੀ ਚਲੋ ਕੋਈ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਿਆ ਤੁਸੀਂ ਕਰਿਆ ਏ ਤਾਂ ਜਿਵੇਂ ਮੈਨੂੰ ਠੀਕ ਲੱਗੂ ਤਾਂ ਮੈਂ ਕਰ ਲੂੰ ਵੀਰੇ ਚਾਹ ਲਿਆਵਾਂ ਕਿ ਪਾਣੀ ਮੈਂ ਸਭ ਕੁਝ ਪੀ ਕੇ ਹੀ ਆਇਆ ਪੁੱਤ ਇਹ ਜ਼ਮੀਨ ਮਣ ਕੇ ਆਇਆ ਕਿਸੇ ਦੀ ਅੱਛਾ ਅੱਛਾ ਤੇ ਵੀਰੇ ਤੂੰ ਮੈਨੂੰ ਇੱਕ ਗੱਲ ਦੱਸ ਜਦੋਂ ਤੈਨੂੰ ਪਤਾ ਸੀ ਕਿ ਉਹ ਕੁੜੀ ਨਾਲ ਆਪਣੀ ਜਾਤ ਨਹੀਂ ਮਿਲਦੀ ਤਾਂ ਉਹਦੇ ਨਾਲ ਵਿਆਹ ਦਾ ਵਾਅਦਾ ਤੂੰ ਕਿਉਂ ਕੀਤਾ ਮੈਂ ਵਾਅਦਾ ਕੀਤਾ ਸੀ ਨਹੀਂ ਕੀਤਾ ਹੋਇਆ ਨਾਲੇ ਜਾਤ ਬਦਲਣਾ ਹੋ ਕੀ ਜਾਂਦਾ
मैनू लगता फिर जात पुछ के रिश्ते तो ना करे ले तू भी हद कर दा वीरे भला असीं क्यों रिश्ते तो ना करनी सी जब तू खुद पसंद कीती है कुड़ी उन्हां दा तां सानूं घर बार भी नहीं पसंद आया छोटा जिहा घर है क्यों बेबे तुसी अपना घर छड़ के उत्थे रहन लगना नाले मैं तो पहले ही पता सी भी तुसी ड्रामा करन जा रहे हो असल च तुसी मेरा उत्थे रिश्ता करना ही नहीं चाहुंदे ले सानू की एतराज सी जदों खुद तू कुड़ी पसंद आप कीती सीगी मन्ने तां ओहदे करदे नहीं कहिंदे असीं उसी नहीं करदे रिश्ता अपनी जात च करांगे पुत्त उहनां तां प्रौणे दी शर्म भी नहीं कीती भी नाल प्रौणा गा जांदिआं नूं ना चाह ना पाणी पर मैं कदे घर दे दा घरे है ही नहीं सी वीरे उहने तैनूं झूठ बोलिआ होणा भी असीं देखण ना जाईए ओहदे मां-बाप तां घरे ही बैठे सी पुत्त उन्होंने तो साड़ी चंगी बेइज्जती करी घरे गया दी जो तो मैं कदे घर दे थोड़ी बेइज्जती कर रही थी फिर मैं कुछ नहीं बोली ले महक ने नहीं कुछ किया तेरी महक मैडम ने साड़ी सब तो वध बेइज्जती कीती आ सानू कहदी बदतमीज लोग जिवें बहुत पढ़ी हुंदी आ असीं अनपढ़ तुरे फिरदे आ ओह तां मैं तेरे जीजे नूं रोक लिया नहीं तां ने ओहदे कन्न ते दो चपेड़ां लाउणियां सी मैनूं तां नहीं यकीन जा रहा थोड़ियां गल्लां दा फटाफट तेरा रिश्ता कर दिए ਆਪਾਂ ਵੀ ਨਾ ਉਹਨਾਂ ਨੂੰ ਉਹਨਾਂ ਦੀ ਕੁੜੀ ਤੋਂ ਪਹਿਲਾਂ ਆਪਣਾ ਮੁੰਡਾ ਵਿਆਹ ਕੇ ਦਿਖਾਉਣਾ ਲੱਗਦਾ ਹੀ ਨਹੀਂ ਲੈ ਵੀਰੇ ਤੇਰਾ ਫੋਨ ਲੱਗੂਗਾ ਵੀ ਕਿਵੇਂ ਉਹਨਾਂ ਦੀ ਕੁੜੀ ਨੇ ਤੇਰਾ ਨੰਬਰ ਬਲੌਕ ਲਿਸਟ 'ਚ ਪਾਤਾ ਕਹਿੰਦੀ ਮੈਨੂੰ ਡਿਊਟੀ ਨਹੀਂ ਕਰਨ ਦਿੰਦਾ ਵਾਰ-ਵਾਰ ਫੋਨ ਕਰਕੇ ਤੰਗ ਕਰਦਾ ਰਹਿੰਦਾ ਪੁੱਤ ਫੋਨ ਉਹਨੂੰ ਕਰੀ ਵੀ ਨਾ ਤੇ ਨਾ ਉਹਨੂੰ ਮਿਲਣ ਦੀ ਕੋਸ਼ਿਸ਼ ਕਰੀ ਉਹ ਕਹਿੰਦੇ ਨਾ ਜੇ ਸਾਡੀ ਕੁੜੀ ਨੂੰ ਮਿਲੂ ਅਸੀਂ ਟੱਕਰੇ ਟੱਕਰੇ ਕਰ ਦਾਂਗੇ ਤੁਹਾਨੂੰ ਤਾਂ ਫਿਰ ਮੇਰੇ ਸਵਾਦ ਦਾ ਪਤਾ ਹੀ ਆ ਜਿਹੜਾ ਮੈਨੂੰ ਚੈਲੰਜ ਕਰਦਾ ਉੱਥੇ ਤਾਂ ਫਿਰ ਮੈਂ ਕਦੇ ਪਿੱਛੇ ਹਟਿਆ ਨਹੀਂ ਫਿਰ ਤਾਂ ਉਹਨੂੰ ਮੈਂ ਜ਼ਰੂਰ ਮਿਲਣ ਜਾਊਂਗਾ ਤੈਨੂੰ ਕੋਈ ਘਾਟ ਆ ਵੀਰੇ ਕੁੜੀਆਂ ਦੀ ਐਨ ਸੋਹਣੀ ਤਾਂ ਸੋਹਣੀ ਕੁੜੀ ਲੱਭਾਂਗੇ ਤੇਰੇ ਲਈ ਨਾਲੇ ਮੇਰੀ ਗੱਲ ਸੁਣ ਜਿਵੇਂ ਅਗਲੇ ਨੇ ਚਾਰ ਮਸਟੰਡੇ ਕਰਕੇ ਤੇਰੇ ਕਿਤੇ ਸੱਟ ਪੇਟ ਮਾਰੀ ਫਿਰ ਅਸੀਂ ਕੀ ਕਰਾਂਗੇ ਹੋਰ ਪੁੱਤ ਮੈਨੂੰ ਤਾਂ ਡਰ ਲੱਗਦਾ ਰਹਿੰਦਾਗਾ ਕਿਉਂ ਆਪਾਂ ਲੜਾਈ ਝਗੜੇ ਚ ਪੈਣਾ ਤੇਰਾ ਰਿਸ਼ਤਾ ਕਿਤੇ ਹੋਰ ਕਰ ਦਿੰਨੇ ਆ ਬੇਬੇ ਤੁਸੀਂ ਇੱਕ ਕੰਮ ਕਰੋ ਤੁਸੀਂ ਦੋਨੇ ਜਣੀਆਂ ਬਾਹਰ ਚਲੀਆਂ ਜਾਓ ਮੇਰਾ ਸਿਰ ਫੜ ਰਿਹਾ ਹੈ ਚੱਲ ਪੁੱਤ ਆ ਜਾ ਕੋਈ ਆਥਣ ਦੇ ਦਾਲ ਸਬਜ਼ੀ ਦਾ ਕਰੀਏ ਮੈਨੂੰ ਲੱਗਦਾ ਤੇਰੇ ਘਰ ਦੇ ਕੋਈ ਕਸਰ ਛੱਡ ਗਏ ਹੋਣੇ ਮੇਰੀ ਬੇਇੱਜ਼ਤੀ ਕਰਨ 'ਚ ਜਿਹੜਾ ਤੂੰ ਅੱਜ ਮੈਨੂੰ ਰਾਹ 'ਚ ਰੋਕਿਆ ਜੇ ਮੇਰੇ ਘਰ ਦੇ ਤੇਰੀ ਘਰੇ ਆ ਕੇ ਬੇਇੱਜ਼ਤੀ ਕਰ ਗਏ ਤਾਂ ਘੱਟ ਤਾਂ ਉਹਨਾਂ ਨਾਲ ਘਰਿਆਂ ਨਾਲ ਤੂੰ ਵੀ ਨਹੀਂ ਕੀਤੀ ਓਏ ਘੱਟੋ ਘੱਟ ਤੂੰ ਮੇਰੇ ਕਰਕੇ ਸ਼ਰਮ ਕਰ ਲੈਂਦੀ ਦੇਖੋ ਮੈਂ ਆਪਦਾ ਮਨ ਚੰਗੀ ਤਰ੍ਹਾਂ ਸਮਝਾ ਕੇ ਆਈ ਹਾਂ ਨਾਲੇ ਜਦੋਂ ਆਪਣੀਆਂ ਜਾਤਾਂ ਹੀ ਨਹੀਂ ਮਿਲਦੀਆਂ ਫਿਰ ਫੋਕੇ ਇਸ਼ਕ ਲੜਾਉਣ ਦਾ ਕੀ ਫਾਇਦਾ ਤੁਸੀਂ ਆਪਦੇ ਰਸਤੇ ਜਾਓ ਤੇ ਮੈਨੂੰ ਆਪਦੇ ਰਸਤੇ ਜਾਣ ਦਿਓ ਅੱਛਾ ਹੁਣ ਆਪਣੇ ਰਾਹ ਵੀ ਅਲੱਗ ਹੋ ਗਏ ਜਦੋਂ ਆਪਣੀਆਂ ਜਾਤਾਂ ਹੀ ਅਲੱਗ ਨੇ ਫਿਰ ਰਾਹ ਵੀ ਅਲੱਗ ਕਰਨ ਦਾ ਹੀ ਫਾਇਦਾ ਲੱਗਦਾ ਘਰਦਿਆਂ ਨੇ ਚੰਗੀ ਤਰ੍ਹਾਂ ਸਮਝਾ ਕੇ ਭੇਜੀਆਂ ਜਿਹੜਾ ਮੇਰਾ ਪਿਆਰ ਇੱਕ ਦਿਨ 'ਚ ਹੀ ਬਲਰ ਕਰਤਾ ਹਾਂ ਹਾਂ ਘਰਦਿਆਂ ਤਾਂ ਚੰਗੀ ਤਰ੍ਹਾਂ ਸਮਝਾਇਆ ਪਰ ਮੇਰਿਆਂ ਨੇ ਨਹੀਂ ਤੇਰਿਆਂ ਨੇ ਉਹ ਵੀ ਘਰੇ ਆ ਕੇ ਮੈਨੂੰ ਤਾਂ ਕੱਲ੍ਹ ਅਹਿਸਾਸ ਹੋਇਆ ਕਿ ਆਪਣੇ 'ਚ ਤਾਂ ਡਿਫਰੈਂਸ ਹੀ ਬਹੁਤ ਆ ਤੁਸੀਂ ਵੱਡੇ ਲੋਕ ਅਸੀਂ ਛੋਟੇ ਲੋਕ ਦੇਖ ਯਾਰ ਆਪਾਂ ਨੇ ਪਿਆਰ ਜਾਤਾਂ ਦੇਖ ਕੇ ਨਹੀਂ ਕੀਤਾ ਸੀ ਤੇ ਨਾ ਹੁਣ ਦੇਖਣੀਆਂ ਨੇ ਜੇ ਆਪਾਂ ਵੀ ਯਾਰ ਘਰਦਿਆਂ ਦੇ ਮਗਰ ਲੱਗ ਗਏ ਫਿਰ ਤਾਂ ਆਪਾਂ ਹਮੇਸ਼ਾ ਲਈ ਵੱਖ ਹੋ ਜਾਵਾਂਗੇ ਤੇ ਆਪਾਂ ਇਕੱਠੇ ਰਹਿ ਕੇ ਵੀ ਕੀ ਕਰਾਂਗੇ ਇੱਕ ਦੂਜੇ ਨਾਲ ਟਾਈਮ ਪਾਸ ਜਦੋਂ ਪਤਾ ਵਿਆਹ ਤਾਂ ਆਪਣਾ ਹੋਣੇ ਨਹੀਂ ਕੀ ਫਾਇਦਾ ਇਕੱਠੇ ਰਹਿਣ ਦਾ ਕੌਣ ਕਹਿੰਦਾ ਵੀ ਆਪਣਾ ਵਿਆਹ ਨਹੀਂ ਹੋ ਸਕਦਾ ਇਹ ਫੈਸਲਾ ਆਪਣਾ ਦੋਵਾਂ ਦਾ ਹੈ ਫਿਰ ਇਹੀ ਤਾਂ ਗਲਤ ਹੈ ਨਾ ਕਿ ਇਹ ਫੈਸਲਾ ਆਪਾਂ ਦੋਵੇਂ ਲੈ ਰਹੇ ਹਾਂ ਜਦੋਂ ਤੇਰੇ ਘਰਦੇ ਨਹੀਂ ਮੰਨਦੇ ਫਿਰ ਮੈਨੂੰ ਵਿਆਹ ਕੇ ਰੱਖੇਗਾ ਕਿੱਥੇ ਤੂੰ ਆਪਾਂ ਯਾਰ ਘਰਦਿਆਂ ਤੋਂ ਅਲੱਗ ਰਹਿ ਲਾਂਗੇ ਨਹੀਂ ਨਹੀਂ ਮੈਂ ਨਹੀਂ ਚਾਹੁੰਦੀ ਕਿ ਇੱਕ ਮਾਂ ਤੋਂ ਉਹਦਾ ਪੁੱਤ ਦੂਰ ਕਰਾਂ ਅੱਛਾ ਜੇ ਤੂੰ ਇੱਕ ਮਾਂ ਤੋਂ ਉਹਦਾ ਪੁੱਤ ਨਹੀਂ ਦੂਰ ਕਰ ਸਕਦੀ ਤਾਂ ਆਪਣੇ ਪਿਆਰ ਨੂੰ ਆਪਣੇ ਤੋਂ ਦੂਰ ਕਰਨ ਦਾ ਜ਼ਿਕਰਾ ਕਿੱਥੋਂ ਲੈ ਕੇ ਆਏਂਗੀ ਮੈਂ ਤੰਗੀਆਂ ਗਰੀਬੀਆਂ ਹੰਡਾਈਆਂ ਨੇ ਆਪਣੀ ਜ਼ਿੰਦਗੀ 'ਚ ਸਮਝੌਤੇ ਕਰ ਕਰ ਇੱਕ ਸਮਝੌਤਾ ਹੋਰ ਕਰ ਲੂੰਗੀ ਓ ਯਾਰ ਦੇਖ ਆਪਾਂ ਐਵੇਂ ਕਰਦੇ ਪਹਿਲਾਂ ਆਪਾਂ ਤੇਰੇ ਘਰਦਿਆਂ ਨੂੰ ਸਮਝਾਉਂਦੇ ਆ ਜਾ ਕੇ ਫਿਰ ਬਾਅਦ 'ਚ ਮੇਰੇ ਘਰਦਿਆਂ ਨਾਲ ਗੱਲ ਕਰ ਲਾਂਗੇ ਮੇਰੇ ਘਰਦਿਆਂ ਨੂੰ ਕੀ ਸਮਝਾਉਣਾ ਮੇਰੇ ਘਰਦਿਆਂ ਤਾਂ ਹਾਂ ਹੀ ਸੀ ਪ੍ਰੋਬਲਮ ਤਾਂ ਤੇਰੇ ਘਰਦਿਆਂ ਨੂੰ ਸੀ ਮੇਰੇ ਤੋਂ ਮੇਰੇ ਘਰ ਬਾਹਰ ਤੋਂ ਤੇ ਮੇਰੀ ਜਾਤ ਤੋਂ ਪਰ ਉਹ ਤਾਂ ਕਹਿੰਦੇ ਤੇਰੇ ਘਰਦਿਆਂ ਨੂੰ ਪ੍ਰੋਬਲਮ ਆ ਮੇਰੇ ਘਰੇ ਤਾਂ ਮੇਰੇ ਸਿਵਾ ਕੋਈ ਹੋਰ ਸੀ ਹੀ ਨਹੀਂ ਫਿਰ ਇਹਦਾ ਮਤਲਬ ਮੇਰੇ ਘਰ ਦੇ ਝੂਠ ਬੋਲ ਰਹੇ ਨੇ ਤੁਹਾਡੀ ਮਾਤਾ ਕਹਿੰਦੀ ਸੀ ਕਿ ਤੂੰ ਮੇਰੇ ਪੁੱਤ ਦਾ ਘਰ ਨਹੀਂ ਵਸਣ ਦਿੰਦੀ ਅਸੀਂ ਆਪਦੇ ਪੁੱਤ ਵਾਸਤੇ ਰਿਸ਼ਤਾ ਦੇਖ ਰੱਖਿਆ ਉਹ ਇਹੀ ਗੱਲ ਤਾਂ ਮੇਰੇ ਘਰ ਦੇ ਕਹਿੰਦੇ ਸੀ ਵੀ ਤੇਰੇ ਘਰ ਦੇ ਕਹਿੰਦੇ ਨੇ ਵੀ ਅਸੀਂ ਆਪਦੀ ਕੁੜੀ ਵਾਸਤੇ ਮੁੰਡਾ ਦੇਖ ਰੱਖਿਆ ਮੇਰੇ ਘਰ ਦੇ ਨੇ ਕਿਹੜਾ ਮੁੰਡਾ ਦੇਖਣਾ ਸੀ ਮੈਂ ਤਾਂ ਤੁਹਾਡੇ ਬਾਰੇ ਉਹਨਾਂ ਨੂੰ ਦੱਸਿਆ ਹੋਇਆ ਸੀ ਮੈਨੂੰ ਤਾਂ ਹੁਣ ਐ ਨਹੀਂ ਸਮਝ ਆਉਂਦੀ
कि मैं उन्होंने की कहूंगी। देख मैं तेरे नाल व्याह दा वादा किया होया ते अपना वादा निभाऊंगा भी जरूर। ते मैं भी तेरे घरदे नाल वादा किया कि तेरे जिंदगी तो हुण हमेशा लई दूर रहूंगी। नाल जे तेरे घरदे नूं मैं पसंद ही नहीं हैगी ते तेरे नाल व्याह करा के मैं करूंगी भी की। व्याह तू मेरे नाल करवाउणा मेरे घरदिआं नाल नहीं। पर व्याह तो बाद हर रिश्ते तो इज्जत मिलनी भी तो जरूरी है। जे तेरे घरदे मैनूं पसंद ही नहीं करदे ते मेरी इज्जत की करनगे उह। ओ चल कोई नहीं जे तेनूं नहीं सही लगदा तां फिर आपां रहण दिंदे आ। मैनूं कहिड़ा ज्यादा जरूरी है भी मैं तेनूं धक्के नाल व्याह करे आवां। इस रिश्ते नूं इत्थे खत्म करन च भलाई आ, नहीं तां गांह जाके बहुत मुश्किलां आउणगीआं। नाले उहनां नूं तां मेरी पोस्ट दी नौकरी तों वी प्रॉब्लम आ। जे मेरी याद आवे तां मैनूं कॉल कर ली, नहीं तां मैं भी कोशिश करूंगा तेनूं भुल्लण दी। ਚੜ੍ਹਦੀ ਵਰੇਸ ਦੇ ਯਾਰਾਨੇ ਲੱਗੇ ਸੀ, ਅਸੀਂ ਉਹਦੇ ਹੋਣ ਜੇ ਦੀਵਾਨੇ ਲੱਗੇ ਸੀ। ਵੇਂਦੇ ਵੇਂਦੇ ਸਭ ਹੀ ਵੀਰਾਨ ਹੋ ਗਿਆ, ਪਿਆਰ ਦੀ ਜੋ ਦਿੱਤੀ ਸੀ ਸੌਗਾਤ ਮੁੱਕ ਗਈ। ਕੁਝ ਕੁ ਦਿਨਾਂ ਦੀ ਗੱਲਬਾਤ ਹੋਈ ਨਾ, ਗੱਲਬਾਤ ਹੋਈ ਨਾ, ਉਹਦੇ ਲਈ ਤਾਂ ਸਾਰੀ ਗੱਲਬਾਤ ਮੁੱਕ ਗਈ। ਹੌਲੀ ਹੌਲੀ ਪਹੁੰਚ ਵਿੱਚੋਂ ਦੂਰ ਹੁੰਦੀ ਗਈ, ਮੇਰੀ ਉਹਨੂੰ ਪਾਉਣ ਦੀ ਔਕਾਤ ਮੁੱਕ ਗਈ। ਕੁਝ ਕੁ ਦਿਨਾਂ ਦੀ ਹਾਂ ਹਾਂ ਭੈਣੇ ਸਭ ਠੀਕ ਠਾਕ। ਮੈਂ ਤਾਂ ਭੈਣੇ ਕਹਿੰਦਾ ਸੀਗਾ ਵੀ ਤੈਨੂੰ ਨਣਦ ਨੂੰ ਫੋਨ ਕਰਦੇ ਸੀ, ਜਦੋਂ ਪ੍ਰਦੀਪ ਡਿਊਟੀ ਤੋਂ ਆਵੇ ਆਪਣੇ ਘਰ ਹੋ ਕੇ ਜਾਵੇ, ਆਪਾਂ ਉਹਨੂੰ ਨਿਗਾਹ ਥਾਈਂ ਕਢਾ ਦਾਂਗੇ। ਠੀਕ ਆ, ਮੈਂ ਕਰਦਾ ਫਿਰ ਉਹਨਾਂ ਨੂੰ ਫੋਨ। ਠੀਕ, ਪੂਰੇ 5 ਦਿਨ ਹੋ ਗਏ ਮੈਂ ਕਦੇ ਕੋਈ ਕਾਲ ਹੀ ਨਹੀਂ ਆਈ। ਮੈਨੂੰ ਲੱਗਦਾ ਉਹਨੂੰ ਮੇਰੀ ਯਾਦ ਸੱਚੀ ਆਈ ਹੋਣੀ, ਜਾਂ ਇਹ ਵੀ ਹੋ ਸਕਦਾ ਜਿਹੜਾ ਮੁੰਡਾ ਉਹਦੇ ਘਰਦਿਆਂ ਦੇ ਲਈ ਲੱਭਿਆ ਉਹਨੂੰ ਪਸੰਦ ਆ ਗਿਆ ਹੋਵੇ ਤਾਂ ਹੀ ਮੈਨੂੰ ਭੁੱਲ ਗਈ। ਛੇਤੀ ਛੇਤੀ ਤਿਆਰ ਹੋ ਜਾ, ਆਪਾਂ ਕੁੜੀ ਦੇਖਣ ਜਾਣਾ, ਰੀਤ ਤੇ ਨਣਦੋਈਏ ਦੀ ਭੈਣ ਦੀ ਕੁੜੀ। ਬੇਬੇ ਅੱਜ ਨਹੀਂ ਮੈਂ ਜਾ ਸਕਦਾ, ਮੈਨੂੰ ਹੋਰ ਬਹੁਤ ਕੰਮ ਨੇ, ਕਦੇ ਫਿਰ ਦੇਖ ਆਵਾਂਗੇ। ਪੁੱਤ ਕੰਮ ਤਾਂ ਆਉਂਦੇ ਰਹਿੰਦੇ ਨੇਗੇ, ਕੰਮ ਤਾਂ ਰੋਜ਼ ਹੀ ਹੁੰਦੇ ਨੇਗੇ, ਪ੍ਰਾਹੁਣੇ ਦਾ ਬਾਰ ਬਾਰ ਫੋਨ ਆ ਰਿਹਾ ਕਹਿੰਦਾ ਛੇਤੀ ਆ ਜਾਓ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪ੍ਰਾਹੁਣੇ ਨੂੰ ਕਾਹਦਾ ਲਾਲਚ ਹੋਇਆ ਪਿਆ ਮੇਰਾ ਰਿਸ਼ਤਾ ਕਰਾਉਣ ਦਾ। ਲੈ ਹੈ ਦੇਖ ਉਹਨੂੰ ਵਿਚਾਰੇ ਨੂੰ ਕਾਹਦਾ ਲਾਲਚ ਹੈਗਾ, ਉਹਨੂੰ ਤਾਂ ਆਇਆ ਵੀ ਵਧੀਆ ਕੁੜੀ ਮਿਲ ਜੇ ਕਿਤੇ ਇਹਨਾਂ ਨਾਲ ਕੋਈ ਠੱਗੀ ਨਾ ਹੋ ਜੇ। ਬੇਬੇ ਮੈਂ ਹਜੇ ਵਿਆਹ ਨਹੀਂ ਕਰਾਉਣਾ, ਜਦੋਂ ਕਰਾਉਣਾ ਹੋਊਗਾ ਉਦੋਂ ਉਹਨਾਂ ਨੂੰ ਦੱਸ ਦੂੰਗਾ, ਜੇ ਉਹਨਾਂ ਨੂੰ ਕੋਈ ਤੇਜ਼ੀ ਆ ਤਾਂ ਆਪਦੀ ਕੁੜੀ ਕਿਤੇ ਹੋਰ ਵਿਆਹ ਦੇਣ। ਤੂੰ ਕਮਾਲ ਕਰਦਾਂਗਾ, ਉਹ ਘਰੇ ਬੁਲਾਈ ਬੈਠਿਆ ਕੁੜੀ ਨੂੰ ਦੇਖਣ ਵਾਸਤੇ, ਜੇ ਆਪਾਂ ਨਾ ਜਾਵਾਂਗੇ ਤੇ ਆਪਣੀ ਕੁੜੀ ਦੀ ਬੇਇੱਜ਼ਤੀ ਨਹੀਂ ਹੋਊਗੀ। ਉਹਨਾਂ ਨੇ ਬੇਬੇ ਕੁੜੀ ਮੈਨੂੰ ਪੁੱਛ ਕੇ ਬੁਲਾਈ ਆ, ਜਦੋਂ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਫਿਰ ਮੈਂ ਕੀ ਕਰਾਂ। ਦੇਖ ਮੇਰੀ ਗੱਲ ਸੁਣ, ਅੱਜ ਤੈਨੂੰ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੈ ਪਰ ਤੈਨੂੰ ਜਾਣਾ ਹੀ ਪੈਣਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਹਾਡੀ, ਤੁਸੀਂ ਮੈਨੂੰ ਉੱਥੇ ਲਿਜਾ ਕੇ ਮੇਰੇ ਤੋਂ ਕਰਾਉਣਾ ਕੀ ਆ, ਜਦ ਕੁੜੀ ਤੁਸੀਂ ਆਪਦੀ ਪਸੰਦ ਦੀ ਲੈਣੀ ਆ, ਫਿਰ ਮੈਂ ਦੇਖ ਕੇ ਕੀ ਕਰੂੰਗਾ। ਤੁਸੀਂ ਉਹ ਦੇਖਿਓ ਤੇ ਤੁਸੀਂ ਉਹ ਸ਼ਗਨ ਪਾਇਆ ਹੋ। ਪੁੱਤ ਜਿੱਦ ਨਹੀਂ ਕਰੀਦੀ ਹੁੰਦੀ, ਮੇਰੀ ਗੱਲ ਸੁਣ, ਫਟਾਫਟ ਤਿਆਰ ਹੋ ਜਾ। ਠੀਕ ਹੈ ਭੈਣੇ, ਕਿੰਨਾ ਕੁ ਟਾਈਮ ਲੱਗੂ ਹੋਰ, ਮੈਨੂੰ ਹੋਰ ਵੀ ਬਹੁਤ ਕੰਮ ਨੇ। ਕੋਈ ਨਾ ਕੋਈ ਨਾ, ਆ ਗਈ ਪ੍ਰਦੀਪ, ਉਹ ਫਰੈਸ਼ ਹੋ ਰਹੀ ਆ, ਡਿਊਟੀ ਗਈ ਹੋਈ ਸੀ ਨਾ ਉੱਥੋਂ ਆਈ ਆ। ਮੰਮੀ ਆ ਮੇਰੀ ਗੱਲ ਸੁਣਿਓ ਮਾੜੀ ਜੀ। ਮੰਮੀ ਮੇਰੀ ਗੱਲ ਸੁਣ, ਮੈਂ ਤਾਂ ਇਹ ਕਹਿੰਦੀ ਸੀ ਜੇ ਆਪਾਂ ਸ਼ਗਨ ਦਾ ਕੰਮ ਅੱਜ ਹੀ ਨਿਬੇੜ ਦਈਏ ਨਾ, ਨਰਾਤਿਆਂ ਦਾ ਵਿਆਹ ਰੱਖ ਲਾਂਗੇ। ਪ੍ਰਦੀਪ ਦੇ ਮਾਂ ਪਿਓ ਨੂੰ ਬੁਲਾਉਣਾ ਪਊ, ਪ੍ਰਦੀਪ ਤਾਂ ਇਕੱਲੀ ਆਈ ਹੋਣੀ ਨਾ। ਓਹੋ ਮੰਮੀ, ਪ੍ਰਦੀਪ ਦੇ ਘਰਦਿਆਂ ਨੇ ਸਾਰੀ ਜ਼ਿੰਮੇਵਾਰੀ ਮੈਨੂੰ ਤੇ ਤੇਰੇ ਜਵਾਈ ਨੂੰ ਦੇ ਰੱਖੀ ਆ। ਪੁੱਤ ਜੇ ਹਰਭਜਨ ਨਾ ਮੰਨਿਆ ਸ਼ਗਨ ਲਈ ਫਿਰ ਕੀ ਕਰਾਂਗੇ? ਲੈ ਦੱਸ, ਜਦੋਂ ਹਰਭਜਨ ਇੱਥੇ ਤੱਕ ਆ ਗਿਆ ਦੇਖਣ ਫਿਰ ਸ਼ਗਨ ਕਰਨ ਨੂੰ ਵੀ ਮੰਨ ਹੀ ਜਾਊਗਾ। ਚੱਲ ਆ ਜਾ, ਆਪਾਂ ਉਹਨੂੰ ਪ੍ਰਦੀਪ ਨਾਲ ਮਿਲਾਉਂਦੇ ਹਾਂ। ਚੱਲ ਪ੍ਰਦੀਪ ਜੇ ਤਿਆਰ ਹੋ ਗਈ ਤਾਂ ਆ ਜਾ। ਹਾਂਜੀ ਆਉਣੀ ਆ। ਆ ਜਾ। ਲੈ ਪ੍ਰਦੀਪ ਦੇਖ ਲਾ ਮੁੰਡੇ ਨੂੰ ਭਾਈ ਸਵਾਰ ਕੇ, ਸੰਗੀ ਸੁੰਗੀ ਨਾ ਚੰਗਾ। ਆ ਜਾ ਪੁੱਤ, ਜੇ ਕੁਛ ਪੁੱਛਣਾ ਪੁੱਛ ਲੈ ਪ੍ਰਦੀਪ ਨੂੰ। ਬੇਬੇ ਮੈਂ ਕੀ ਪੁੱਛਣਾ, ਜੋ ਪੁੱਛਣਾ ਤੁਸੀਂ ਪੁੱਛ ਲਓ, ਨਾਲੇ ਜ਼ਿਆਦਾ ਪੁੱਛ ਗਿੱਛ ਜੀ ਕਰਨ ਦੀ ਆ ਤਾਂ ਤੁਹਾਨੂੰ ਆ, ਮੈਨੂੰ ਨਹੀਂ ਹੈਗੀ। ਮੰਮੀ ਦੇ ਕਹਿਣ ਦਾ ਇਹ ਮਤਲਬ ਆ ਕਿ ਕੁੜੀ ਨੂੰ ਚੰਗੀ ਤਰ੍ਹਾਂ ਦੇਖ ਲਾ, ਤੂੰ ਤਾਂ ਕੁੜੀਆਂ ਵਾਂਗੂ ਨੀਵੀਂ ਪਾਈ ਬੈਠਾ, ਇੰਨਾ ਤਾਂ ਪ੍ਰਦੀਪ ਨਹੀਂ ਸੰਗਦੀ। ਮੇਰੀ ਪਸੰਦ ਨਾ ਪਸੰਦ ਨਾਲ ਕੀ ਹੋਣ ਲੱਗਿਆ, ਬਸ ਤੁਹਾਨੂੰ ਕੁੜੀ ਪਸੰਦ ਆ ਤਾਂ ਠੀਕ ਆ। ਇਹ ਵੀ ਬਾਹਲਾ ਹੀ ਸੰਗਦਾ, ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਤਾਂ ਉਈ ਨਹੀਂ ਸੰਗਦੇ ਹੈਗੇ। ਚੱਲ ਪ੍ਰਦੀਪ ਤੂੰ ਵੀ ਜੇ ਕੁਛ ਪੁੱਛਣਾ ਪੁੱਛ ਲਾ ਭਾਈ ਮੁੰਡੇ ਨੂੰ। ਨਹੀਂ ਨਹੀਂ ਜੀ, ਸਭ ਠੀਕ ਹੀ ਹੈ।
ਲੈ ਇਹ ਤਾਂ ਬਾਲੇ ਹੀ ਸੰਗੀਲੇ ਨੇ ਮੰਮੀ ਦੋਨੇ ਜਣੇ ਸੰਗੀ ਜਾਂਦੇ ਨੇ ਆਪਾਂ ਫਿਰ ਐਂ ਕਰਦੇ ਹਾਂ ਸ਼ਗਨ ਪਾਉਂਦੇ ਹਾਂ ਹੈ ਸ਼ਗਨ ਹੁਣੇ ਸ਼ਗਨ ਕਿਉਂ ਕਰਨਾ ਲੈ ਦੱਸ ਕੁੜੀ ਨੂੰ ਮੁੰਡਾ ਪਸੰਦ ਆ ਮੁੰਡੇ ਨੂੰ ਕੁੜੀ ਪਸੰਦ ਆ ਫਿਰ ਸ਼ਗਨ ਕਰਨ ਚ ਕੀ ਹਰਜਾ प्रदीप उपरी हाँ आजा आजा मैं उपरी हाँ और किवें हैं मैं तो वधिया तू दस ठीक है वधिया वधिया होर की करी हैं जिसी कुछ नहीं बस यार पढ़ती सी अच्छा तू दस किवें यार किता जब मैंने नहीं आज मैंने ड्यूटी जानू तो इतनी किता तो मैं उधर छुट्टी ले ली मैं कह चला जब प्रदीप कॉल जा के आऊंगी चल ये तो बहुत बढ़िया गल की हां बढ़िया किताबें नहीं पढ़ी जा रही ने बस यार बस वेली बैठी सी मैं सोचा किताब लेके बैठ जंदी हां जब आप कॉलेज पढ़ती होंगे किन्ने वधिया दिन होंगे किन्नी मौज मस्ती करती सी आप पर हाँ उदो किन्नी फिक्र होंगी सी पढ़ लिखे ही जॉब मिल जाए हूँ जब जॉब मिल गई तो लाइफ बोरिंग हो गई सच्ची सही कहनी है कई बार मैं तो दिल ऐ करता नौकरी छड़ के दूर भजा क्यों की गल हो गई घर के रिश्ते काले पै रहे नहीं नहीं तू दस मैं कदों विह करा कदों लड्डू खवाएंगे अपने विह की नाले मेरी गल सुन ला तेरे विह चरीवन मैं कटा ते नाले छाप भी जिज तो मैं पवाऊंगी लड्डुआ तो की पूछदी है घर के धक्के लड्डू पकाने फिर रिश्तेदार एक मुंडा है ओना तो मेरा शगन करता अच्छा पार्टी देने मारी ने मैं पहला नहीं दसिया कि मेरा शगन पै गया ओ यार पार्टी ता दवा जे मैं खुश हवा घर दिन धक्के रिश्ता करता मेरा ना मैं जवाब दे रोगरी रह गई फिर किस कह दें मेरे मुंडा नहीं पसंद ओ यार मुंडा तो यह भी ठीक है पर यार मैं किसी होर नू पसंद करती हूँ साढ़ा काफ़ी टाइम तो रिलेशन चल रहा है अच्छा ये गल आ फिर तू उसे नहीं करवा लेंदी जा घर दे नहीं मन्ने यार की दसा घरे हिम्मत ही नहीं हुई मेरी गल करन दी मैं और स्कीमा सोचती रह गई रिश्तेदार ने झट ही मेरे शगन करता मुंडा काम की करता और यार जिहड़ा मैं पसंद करती हाँ वह मेरे नाल ही जॉब करता डीसी ऑफिस जिहड़ा घरदिआं ने पसंद किया पटवारी आ अच्छा जिहने शगन पिया पटवारी आ मैं फोटो ही दिखा दे मेरे होने वाले जीजे की तू एक छड मैं तेरे दोवें जीजे की फोटो दिखाऊंगी आ दे आ तो मेरा लवर आ ते आह जिहदे नाल मेरा शगन होया अच्छा हरभजन नाल होया तेरा रिश्ता हाँ इसी नाल ही होया तू किवें जानदी है नहीं कुछ खास नहीं एक दो बार बस काम के सिलसिले च मिले हाँ वैसे मुंडा बहुत वधिया तू करमा वाली हाँ बहुत खुश रहेंगी तू करमा वाली तां हुंदी जे मैनू अपना प्यार मिलता की पता जिहदे नाल तेरा हो रहा उहनू भी पाउण लई कोई तरसदा होवे मैं तां कहिंदी खोले इहनू जिहड़ा इहदे लई तरसदा घट्टो घट्ट अपने प्यार नाल विआह तां करा लां मैं तैनू पसंद मुंडे ने कीता कि जो उहदे घरदिआं ने ले मुंडा तो बड़ा समझदा सी उहने तां मेरे वल देखिआ ही नहीं उहदी मां ते भैण ने मैनू पसंद कीता साढ़े रिश्तेदारी च ही सी यार तू तो किस्मत वाली आ कि तू मुंडे दे घरदिआं दे पसंद आ गई ते नाले झटपट शगन पै गया तेरा ला यार किस्मत नू की है जब तू करेंगी तेरा भी झटपट हो जूगा अजकल नहीं कोई वेट करदा मिंट च शगन पा दिंदे ने नहीं यार हर एक दी किस्मत इन्नी चंगी नहीं हुंदी कि देखना ही पसंद कर लैण कई यार वेखना ही भी ना पसंद कर जांदे ने ओह तां होर होणगे जिन्हां नू ना पसंद कर रहे तू ना टेंशन लै तू तां देखण सारे पसंद आ जांगे ऐ ना होवे तैनू देखना है नारी ब्याह के लै जाणा रिश्ता तां मेरे लिए भी आया सी पर मैं तां ओही बदनसीब निकली जिन्हू वेखना ही छड्ड जांदे ने कोई मैनू भी वेख के छड्ड गया चल चंगा प्रदीप फिर मैं चलदी हां नायक तू सोहणी ते सियाणी कुड़ी है हिम्मत ना हार रब ने तेरे लिए बहुत वधिया सोचा होना चल चंगा यार ਚੜਦੀ ਵਰੇਸ ਦੇ ਯਾਰਾਨੇ ਲੱਗੇ ਸੀ ਅਸੀਂ ਉਹਦੇ ਹੋਣ ਜੇ ਦੀਵਾਨੇ ਲੱਗੇ ਸੀ ਵੇਂਦੇ ਵੇਂਦੇ ਸਭ ਹੀ ਵੀਰਾਨ ਹੋ ਗਿਆ ਪਿਆਰ ਦੀ ਜੋ ਦਿੱਤੀ ਸੀ ਸੌਗਾਤ ਮੁੱਕ ਗਈ ਕੁਝ ਕੁ ਦਿਨਾਂ ਦੀ ਗੱਲਬਾਤ ਹੋਈ ਨਾ ਗੱਲ ਬਾਤ ਹੋਈ ਨਾ ਉਹਦੇ ਲਈ ਤਾਂ ਸਾਰੀ ਗੱਲਬਾਤ ਮੁੱਕ ਗਈ।
हौली हौली पहुंच विचों दूर हुंदी गई मेरी ओन पौन दी औकात मुक गई कुछ एक दिन हाँ जी जी तुसी लोकेशन देख रहे हो यह पिंड अभेपुर के स्थित है इतने तुसी पंजाबी सोंग्स शॉर्ट मूवीज जा पंजाबी मूवीज़ भी कर सकते हो बहुत सोहनी लोकेशन बनी हुई है खास करके पंजाबी मूवीज़ नूं देखते हुए ये लोकेशन बनाई गई है तो बहुत ही चीप रेट ने नंबर असी स्क्रीन पर दिता हुआ है तुसी कॉल करके भी गल कर सकते हो।